ਦੋਸਤੋ ਹੁਣੇ ਹੀ ਆਪਾਂ ਵੀਡੀਓ ਪਾਈ ਸੀ ਕੁਝ ਦਿਨ ਪਹਿਲਾਂ ਗੁਲਾਬ ਸਿੰਘ ਬਾਰੇ ਗੁਲਾਬ ਸਿੰਘ ਦੀਆਂ ਕਰਤੂਤਾਂ ਉਹਦੇ ਵਿੱਚ ਜਨਤਕ ਕੀਤੀਆਂ ਕੁਝ ਕੁ ਤਸਵੀਰਾਂ ਵੀ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਏ ਆ ਤਸਵੀਰਾਂ ਤਾਂ ਲੈ ਕੇ ਆਂਦੀਆਂ ਕਿਉਂਕਿ ਸਿੱਖ ਪ੍ਰਚਾਰਕ ਹੋਣ ਦੇ ਨਾਤੇ ਇਹ ਕਰਤੂਤਾਂ ਜਿਹੜੀਆਂ ਸ਼ੋਭਾ ਨਹੀਂ ਦਿੰਦੀਆਂ ਸਾਡਾ ਸਮਾਜ ਸਿੱਖ ਸਮਾਜ ਇਹ ਚੀਜ਼ਾਂ ਬਿਲਕੁਲ ਵੀ ਅਕਸੈਪਟ ਨਹੀਂ ਕਰਦਾ ਸਟੇਜਾਂ ਦੇ ਫਾੜੀਆਂ ਮਾਰਨੀਆਂ ਜੀ ਆਪਾਂ ਬੜੇ ਤਕੜੇ ਪ੍ਰਚਾਰਕਾਂ ਸਾਡਾ ਕੈਰੇਕਟਰ ਸਾਡਾ ਕਿਰਦਾਰ ਬੜਾ ਵਧੀਆ ਤੇ ਕਰਤੂਤਾਂ ਤੁਸੀਂ ਸਾਰਿਆਂ ਨੇ ਦੇਖ ਲਈਆਂ ਹੁਣ ਇੱਕ ਮਸਲਾ ਤੇ ਆ ਇਹ ਹੋ ਜਾਂਦਾ ਕਿ ਇਹ ਜਿਹੜੇ ਬਾਬੇ ਆ ਪਖੰਡੀ ਐਕਸਪੋਜ਼ ਹੋਣੇ ਚਾਹੀਦੇ ਆ ਉਦੋਂ ਬਾਅਦ ਇਹਨਾਂ ਦੇ ਵਕੀਲ ਬਣ ਕੇ ਕੁਝ ਇਹੋ ਜਿਹੇ ਬੰਦੇ ਸਾਹਮਣੇ ਆਉਂਦੇ ਜਿਨ੍ਹਾਂ ਵੱਲੋਂ ਤੁਸੀਂ ਸੋਚ ਹੀ ਨਹੀਂ ਸਕਦੇ ਵੀਡੀਓ ਪਾਉਣ ਤੋਂ ਥੋੜੀ ਦੇਰ ਪਹਿਲਾਂ ਆਪਾਂ ਪੋਸਟਰ ਰਿਲੀਜ਼ ਕੀਤਾ ਆਪਾਂ ਗੱਲ ਕੀਤੀ ਕਿ 16 ਤਰੀਕ ਸਵੇਰੇ 8 ਵਜੇ ਆਪਾਂ ਇਹ ਵੀਡੀਓ ਜਿਹੜੀ ਆ ਜਨਤਕ ਕਰ ਦਾਂਗੇ ਉਹ ਤੋਂ ਅੱਧੇ ਘੰਟੇ ਬਾਅਦ ਫੋਨ ਆਉਂਦਾ ਅਮਰਿਤਪਾਲ ਸਿੰਘ ਮਹਿਰੋ ਦਾ ਮਹਿਰੋ ਕੀ ਕਹਿੰਦਾ ਮਹਿਰੋ ਕਹਿੰਦਾ ਹੈ ਕਿ ਇਹ ਜਿਹੜੀ ਵੀਡੀਓ ਹੈ ਡਿਲੀਟ ਕਰ ਦਿਓ ਜਿਹੜਾ ਗੁਲਾਬ ਸਿੰਘ ਇਹਨੇ ਸਾਡੇ ਕੋਲ ਮਾਫੀ ਮੰਗ ਲਈ ਆ ਪਹਿਲਾ ਨੰਬਰ ਤੇ ਤੂੰ ਕੌਣ ਹੈ ਤੂੰ ਪੰਥ ਹੈ ਤੂੰ ਸਿੱਖ ਪੰਥ ਹੈ ਤੈਨੂੰ ਸਿੱਖ ਪੰਥ ਨੇ ਕਿਹੜੀ ਪਾਵਰ ਦਿੱਤੀ ਤੈਨੂੰ ਸਿੱਖ ਪੰਥ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ ਤੂੰ ਕੌਣ ਹੁ ਨਾ ਮਾਫ ਕਰਨ ਵਾਲਾ ਪਹਿਲਾਂ ਸਭ ਤੋਂ ਵੱਡਾ ਸਵਾਲ ਤੇ ਤੇਰੇ ਕੋਲ ਇਹ ਹੀ ਆ ਫਿਰ ਤੂੰ ਕਹਿਣਾ ਕਿ ਹਾਂ ਹੀ ਪੰਜ ਸਿੰਘ ਗਏ ਜੀ ਸਾਡੇ ਕੋਲ ਉਹਨੇ ਮਾਫੀ ਮੰਗ ਲਈ ਜੇ ਤੇਰੇ ਕੋਲ ਮਾਫੀ ਮੰਗੀ ਆ ਤੂੰ ਮੈਨੂੰ ਇਹ ਕਿਹਾ ਕਿ ਉਹ ਜੀ ਮਾਫੀ ਮੰਗਿਆ ਉਹ ਮੰਨ ਗਿਆ ਆਪਣੀਆਂ ਗਲਤੀਆਂ ਕਿ ਪਹਿਲਾਂ ਮੇਰੇ ਕੋਲ ਗਲਤੀਆਂ ਹੋਈਆਂ ਨੇ ਸਾਡੇ ਕੋਲ ਮਾਫੀ ਮੰਗੀ ਆ ਜੇ ਤੇਰੇ ਕੋਲ ਮਾਫੀ ਮੰਗੀ ਆ ਤੂੰ ਉਹਦੀ ਕੋਈ ਵੀਡੀਓ ਪਾਈ ਕੋਈ ਜਨਤਕ ਕੀਤੀ ਜੇ ਮਾਫੀ ਮੰਗੀਆ ਕੋਈ ਮਾਫੀ ਨਾਮਾ ਸੰਗਤ ਸਾਹਮਣੇ ਰੱਖਿਆ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਕੀਤਾ ਮਤਲਬ ਤੂੰ ਸੁਪਰੀਮ ਪਾਵਰ ਤੂੰ ਸਾਰਾ ਕੁਝ ਹੋ ਗਿਆ ਹੁਣ ਇਹਦੀ ਤੁਸੀਂ ਆਡੀਓ ਸੁਣਿਓ ਆਡੀਓ ਸੁਣਿਓ ਤੁਸੀਂ ਆਪ ਫੈਸਲਾ ਕਰਿਓ ਹੋ ਸਕਦਾ ਤੁਹਾਨੂੰ ਲੱਗੇ ਕਿ ਖਰੇ ਬਾਜਵਾ ਐਵੇਂ ਮਾਰਦਾ ਇਹਦੀ ਆਡੀਓ ਸੁਣਿਓ ਤੁਸੀਂ ਆਡੀਓ ਸੁਣ ਕੇ ਹਣ ਹਰਾਨ ਹੋ ਜਾਓਗੇ ਕਿ ਇਹ ਬੰਦੇ ਇਹਨਾਂ ਦੀਆਂ ਕਰਤੂਤਾਂ ਕੀ ਨੇ ਇਹ ਆਪਣੇ ਆਪ ਨੂੰ ਪੰਥ ਦੇ ਸਮਝੋ ਕਿ ਠੇਕੇਦਾਰ ਬਣ ਕੇ ਬੈਠੇ ਆ ਜੇ ਅਮਰਤਪਾਲ ਮੈਰੋ ਜੇ ਤੇਰਾ ਤੇ ਗਲਾਬ ਸਿੰਘ ਦਾ ਅੰਦਰ ਬੈ ਕੇ ਕੋਈ ਸਮਝੌਤਾ ਹੋ ਗਿਆ ਜਿੱਦਾਂ ਮਰਜੀ ਤੁਸੀਂ ਕੀਤਾ ਏ ਤੇ ਤੁਹਾਨੂੰ ਪਤਾ ਹੋਣਾ ਨਾ ਜਿੱਦਾਂ ਵੀ ਕੀਤਾ ਤੇ ਫਿਰ ਸਾਰੇ ਪੰਥ ਨੇ ਥੋੜੀ ਸਮਝੌਤਾ ਕੀਤਾ ਪੰਥ ਨੇ ਠੇਕਾ ਨਹੀਂ ਲਿਆ ਕਿ ਤੀਜੇ ਦਿਨ ਇਹੋ ਜਿਹਾ ਕੋਈ ਨਾ ਕੋਈ ਪਖੰਡੀ ਆਏ ਤੇ ਆਪਾਂ ਉਹਨੂੰ ਚੱਲਦੇ ਫਿਰੀਏ ਸਾਡਾ ਇਹਨਾਂ ਨਾਲ ਕੋਈ ਲੈਣ ਦੇਣ ਨਹੀਂ ਆ ਸਾਡਾ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਹੈ ਤੈਨੂੰ ਫੋਨ ਤੇ ਵੀ ਇਹ ਗੱਲ ਕਹੀ ਆ ਕਿ ਸਾਡੀ ਸੁਪਰੀਮ ਪਾਵਰ ਹੈ ਸ੍ਰੀ ਅਕਾਲ ਤਖਤ ਸਾਹਿਬ ਉੱਥੇ ਜਾ ਜਾ ਕੇ ਮਾਫੀ ਮੰਗੇ ਆਪਣੀ ਗਲਤੀ ਕਬੂਲ ਕਰੇ ਜਿਹੜੀ ਸ਼੍ਰੀ ਕਾਲਤਖਸਬ ਵੱਲੋਂ ਸਜ਼ਾ ਲਾਈ ਜਾਏਗੀ ਉਹ ਸਜ਼ਾ ਭੁਗਤੇ ਆਪਣੀ ਤੇ ਅਸੀਂ ਠੀਕ ਹੈ ਅਸੀਂ ਆਪਣੀ ਵੀਡੀਓ ਡਿਲੀਟ ਕਰ ਦਾਂਗੇ ਕੋਈ ਗੱਲ ਨਹੀਂ ਜਦੋਂ ਪੰਥ ਜਿੱਥੇ ਮaaf ਕਰ ਦੇਗਾ ਤੇ ਉਥੇ ਅਸੀਂ ਕੌਣ ਹੁੰਨੇ ਆ ਪਰ ਤੂੰ ਧਮਕੀ ਦਿੱਤੀ ਕਿ ਨਹੀਂ ਪਹਿਲਾਂ ਵੀਡੀਓ ਡਿਲੀਟ ਕਰੋ ਫਿਰ ਆਪਾਂ ਖੜਾਂਗੇ ਕਾਲਤਖਸਬ ਕਿਉਂ ਨਾ ਹੀ ਤੇਰੇ ਨੌਕਰਾਂ ਨਾ ਹੀ ਤੇਰੇ ਪਿਓ ਦੇ ਨੌਕਰਾਂ ਨਾ ਹੀ ਗਲਾਬ ਸਿੰਘ ਦੇ ਨੌਕਰਾਂ ਲੱਗੀ ਸਮਝ ਇਹੋ ਤੇਰੀਆਂ ਧਮਕੀਆਂ ਦਾ ਕੀ ਨੁਕਸਾਨ ਹੋਇਆ ਅਹੀਂ ਆਪਣੇ ਚੈਨਲ ਦੇ ਸ਼ਡਿਊਲ ਦੇ ਹਿਸਾਬ ਨਾਲ 16 ਤਰੀਕ ਸਵੇਰੇ 8 ਵਜੇ ਉਹਦਾ ਟਾਈਮ ਸੈੱਟ ਕੀਤਾ ਹੋਇਆ ਸੀ ਦੋ ਦਿਨ ਵੀਡੀਓ ਬਾਅਦ ਚ ਪੈਣੀ ਸੀ ਤੇਰੇ ਫੋਨ ਆਉਣ ਦੇ ਨਾਲ ਕੀ ਹੋਇਆ ਕਿ ਅਸੀਂ ਸੋਚਿਆ ਕਿ ਕੋਈ ਗੱਲ ਨਹੀਂ ਜੇ ਤੂੰ ਧਮਕੀ ਦਿੱਤੀ ਹੈ ਨਾ ਤੇ ਫਿਰ ਹੁਣੇ ਵੀਡੀਓ ਪੋਸਟ ਹੋਊਗੀ ਫਿਰ ਪੂਰੇ 5 ਵਜੇ ਪੀਵੀ ਟਾਕਸ ਤੇ ਵੀਡੀਓ ਜਿਹੜੀ ਉਹ ਪੈ ਗਈ ਆ ਜੇ ਤੇ ਵੀਡੀਓ ਦੇ ਵਿੱਚ ਬੋਲਿਆ ਕੋਈ ਝੂਠ ਤੇ ਤਾਂ ਤੂੰ ਕਹੇ ਤੇ ਤੇਰੇ ਵਰਗੇ ਹੋਰ ਜਿਹੜੇ ਭਾਈਵਾਲ ਨੇ ਇਹ ਸਾਰੇ ਸੁਣ ਲੈਣ ਨਾ ਤੁਹਾਡੇ ਨਾਲ ਸਮਝੌਤਾ ਕਰਨਾ ਨਾ ਤੇਰੇ ਵਰਗੇ ਹੋਰ ਜਿਹੜੇ ਬਾਬੇ ਸਿੱਖਾਂ ਦੇ ਵਿੱਚ ਬੇਰੂਪੀਏ ਬਣ ਕੇ ਤੁਰੇ ਫਿਰਦੇ ਆ ਨਾ ਨਾ ਹੀ ਇਹਨਾਂ ਨਾਲ ਕੋਈ ਸਮਝੌਤਾ ਨਹੀਂ ਕਰਨਾ ਠੀਕ ਹੈ ਇੱਥੇ ਮੂਰਤੀਆਂ ਨਹੀਂ ਹੈਗੀਆਂ ਇੱਥੇ ਮੈਂ ਮਾ ਗੁਰੂ ਦਾ ਨਮਾਣਾ ਜ ਸਿੰਘਾ ਹਰਮਨਜੀਤ ਸਿੰਘ ਬਾਜਵਾ ਵਾਂ ਮੈਂ ਬੁੱਤ ਨਹੀਂ ਹੈਗਾ ਤੂੰ ਆਪਣੇ ਪੇਜ ਦੇ ਉੱਤੇ ਲਿਖਿਆ ਜੀ ਅਮਰਤਪਾਲ ਸਿੰਘ ਮੈਰੋਂ ਉਹ ਜਿਨੇ ਬੁੱਤ ਢਾਏ ਭਾਈ ਤੂੰ ਬੁੱਤ ਢਾਏ ਹੋਣਗੇ ਤੂੰ ਹਨੂ ਨਹੀਂ ਢਾ ਸਕਦਾ ਅਸੀਂ ਗੁਰੂ ਦੇ ਸਿੰਘ ਆ ਸਾਡੀ ਧੌਣ ਗੁਰੂ ਦੇ ਅੱਗੇ ਝੁਕੇਗੀ ਤੇਰੇ ਵਰਗਿਆਂ ਅੱਗੇ ਨਹੀਂ ਜਿਹੜੇ ਅੰਦਰ ਬੈਡਾਂ 'ਚ ਬੈਠ ਕੇ ਸਮਝੌਤੇ ਕਰ ਲੈਂਦੇ ਤੇਰੇ ਵਰਗਿਆਂ ਕੇ ਸਾਡਾ ਹੌਣ ਨਹੀਂ ਝੁਕਣੀ ਹੁਣ ਪਹਿਲਾਂ ਆਡੀਓ ਸੁਣੋ ਅ ਕਾਰਨਾ ਸਿਸਟਮ ਡਿਲੀਟ ਕੇ ਬਾਅਦ ਆਪ ਦਾ ਜੀ ਆਪ ਦਾ ਕਰ ਲੀਏ ਜਿਹੜਾ ਕੋ ਕਰਨਾ ਕਿਹੜਾ ਸਿਸਟਮ ਡਿਲੀਟ ਕਰਦੀ ਹੈ ਜਿਹੜਾ ਬਾਬਾ ਗਲਾ ਸਿੰਘ ਵਾਲਾ ਤੁਸੀਂ ਕਰੀ ਜਾਂਦੇ ਆ ਹਾਂ ਹਾਂ ਡਿਲੀਟ ਕਿਉਂ ਕਰਨੀ ਕਰੋ ਤੇ ਜਦੋਂ ਸੀਗਾ ਪਹਿਲੋ ਹੋ ਗਿਆ ਸੀ ਉਸ ਅਸੀਂ ਹੁਣ ਬਣਾਇਆ ਹੋਇਆ ਵੀ ਚਲੋ ਗਲਤੀ ਗਾਹ ਤੋਂ ਨਹੀਂ ਕਰਦਾਗਾ ਤੇ ਤੁਸੀਂ ਪਿਛਲਾ ਹੀ ਚੱਕ ਕੇ ਠੋਕੀ ਤੁਰੇ ਆਉਨੇ ਆ ਨਹੀਂ ਗਲਤੀ ਕੋਈ ਆਪਣੀ ਮੰਨਿਆ ਹੋ ਅਸੀਂ ਪਹਿਲੋ ਸਾਰੇ ਗਏ ਹੋਇਆ ਪੰਜ ਉਹਦੇ ਕੋਲੇ ਕਦੋਂ ਗਏ ਕੌਣ ਗਏ ਅਸੀਂ ਗਏ ਹੋਇਆ ਖੁਦ ਕਾਹਿੰਦੋ ਦੇ ਨਾਲ ਮੁੜ ਕੇ ਕੋਈ ਨਾ ਭਾਈ ਹੁਣ ਜਿਹੜਾ ਕੋਹਣਾ ਹੀ ਹੋ ਗਿਆ ਛੱਡ ਦੇ ਕਾਹ ਤੋ ਇੰਨਾ ਕੰਮਾਂ ਦੇ ਵਿੱਚ ਅਰੇਂਜ ਕਰ ਲੈ ਅੱਛਾ ਹਾਂ ਤੇ ਤੁਸੀਂ ਤੁਸੀਂ ਠੇਕਾ ਲੈ ਲਿਆ ਹਨਾ ਸਾਰਿਆਂ ਦਾ ਵੀ ਤੁਸੀਂ ਜਿਹੜਾ ਕੋਈ ਤੁਹਾਡੇ ਕੋਲੇ ਆ ਗਿਆ ਵੀ ਬਸ ਅਸੀਂ ਆ ਵੀ ਬਸ ਕੋਲ ਰਹਿਣਾ ਜਾਵੇ ਪਿੱਛੇ ਨਹੀਂ ਜਿਹੜਾ ਕੰਮ ਹੀ ਕਰਨਾ ਉਹਦੇ ਹੀ ਕਰਨੀ ਕਰਨਾ ਜਾਣ ਕੇ ਹਟਣਾ ਨਹੀਂ ਨਹੀਂ ਕੋਈ ਗਲਤ ਕੀਤਾ ਵਾ ਨਹੀਂ ਕਰਨਾਗਾ ਜਦੋਂ ਉਹਨੇ ਗਲਤੀ ਸਾਡੇ ਕੋਲ ਮੰਗ ਲਈ ਸੀ ਪੰਜਾ ਸਿੰਘਾਂ ਤੁਸੀਂ ਜਾਏ ਸੀ ਵੀ ਕਿਹੜੇ ਪੰਜ ਸਿੰਘ ਗਏ ਸੀਗੇ ਕੌਣ ਗਿਆ ਹੈਗਾ ਸਾਡੇ ਜੱਥੇ ਦੇ ਸਿੰਘ ਜਾ ਕੇ ਆਏ ਸੀ ਮੈਂ ਵੀ ਗਿਆ ਸੀ ਅੱਛਾ ਮਤਲਬ ਸਿਰਫ ਤੁਸੀਂ ਜਾ ਕੇ ਤੁਹਾਡਾ ਆਪਸੀ ਸਮਝੌਤਾ ਹੋ ਗਿਆ ਤੇ ਬਸ ਸੈਟਿਕਮ ਨਾ ਸਮਝੌਤਾਫ ਸੀ ਨਹੀਂ ਹੋਇਆਗਾ ਉਹਨੂੰ ਕਿਹਾ ਵੀ ਠੀਕ ਆ ਵੀ ਇਹ ਜਿਹੜਾ ਕੁਝ ਹੋ ਗਿਆ ਇਹਦਾ ਸਾਨੂੰ ਸਪਸ਼ਟੀਕਰਨ ਦੇ ਤੇ ਬਾਕੀ ਅੱਗੇ ਤੋਂ ਇਹ ਨਹੀਂ ਹੋਣਾ ਚਾਹੀਦਾ ਕਿ ਪੰਥ ਦਾ ਪ੍ਰਚਾਰਕ ਹੈ ਤੇ ਆਦਾ ਚਲੋ ਗਾਹ ਤੋਂ ਇਹ ਸਪਸ਼ਟੀਕਰਨ ਦੇ ਦਿੱਤਾ ਵਾ ਹਾਂਜੀ ਸਾਡੇ ਕੋਲੇ ਆ ਗਿਆ ਸੀਗਾ ਅੱਛਾ ਮਤਲਬ ਨਹੀਂ ਉਹੀ ਗੱਲ ਹੈ ਨਾ ਤੇ ਜੇ ਤੁਹਾਡੇ ਕੋਲ ਕੋਈ ਸਪਸ਼ਟੀਕਰਨ ਆ ਗਿਆ ਇਟ ਮੀਨਸ ਬਸ ਦੈਟਸ ਆਲ ਹੋਰ ਕੁਛ ਨਹੀਂ ਜੇ ਅੱਗੇ ਤੋਂ ਕਰੂਗਾ ਤੇ ਕਰਾਂਗੇ ਕੋਈ ਹੱਲ ਉਹਦਾ ਫਿਰ ਮੀਡੀਆ ਚ ਲੈ ਆਵਾਂਗੇ ਨਹੀਂ ਮਤਲਬ ਤੁਸੀਂ ਤੁਹਾਡੇ ਕੋਲ ਹੀ ਕਿਉਂ ਮਤਲਬ ਜੇ ਆ ਗਿਆ ਤਾਂ ਉਹ ਸਾਰਾ ਕੁਝ ਖਤਮ ਹੈ ਇਹ ਕਿਉਂ ਤੇਰੇ ਕੋਲੇ ਤੂੰ ਪਤਾ ਲ ਅਕਾਲ ਤਖਤ ਸਾਹਿਬ ਤੇ ਲੈ ਚਾਲਦੇ ਆ ਤੇ ਫਿਰ ਤੇਰਾ ਕਿ ਠੇਕਾ ਹਾਂ ਅਕਾਲ ਤਖਤ ਸਾਹਿਬ ਲੈ ਜਾਓ ਠੀਕ ਹੈ ਤੇ ਫਿਰ ਡਿਲੀਟ ਕਰ ਸਾਰਾ ਕੁਝ ਲੈ ਜਾਂਦੇ ਹਾਂ ਹਾਂ ਬਿਲਕੁਲ ਬਿਲਕੁਲ ਉਸੇ ਟਾਈਮ ਹੀ ਕਿਉਂਕਿ ਸਾਡੇ ਵਾਸਤੇ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣ ਸਾਡੇ ਵਾਸਤੇ ਸੁਪਰੀਮ ਪਾਵਰ ਸ੍ਰੀ ਅਕਾਲ ਤਖਤ ਸਾਹਿਬ ਆ ਠੀਕ ਹੈ ਹੁਣੇ ਲਾ ਜੋ ਸਾਰੀਆਂ ਵੀਡੀਓ ਡਿਲੀਟ ਕਰ ਦਾਂਗੇ ਅੱਛਾ ਯਾਨੀ ਕਿ ਤੁਸੀਂ ਪਹਿਲੋ ਨਹੀਂ ਕਰਨਾ ਕੁਝ ਵੀ ਨਹੀਂ ਕਰਨਾ ਅਹੀਂ ਜੋ ਕੋ ਕਰਨਾ ਕਰ ਲਗੇ ਬਿਲਕੁਲ ਕਰੋ ਚਲ ਠੀਕ ਆ ਓਕੇ ਇਹ ਤੁਸੀਂ ਆਡੀਓ ਸੁਣ ਲਈ ਆ ਸਿੱਧੀ ਸਿੱਧੀ ਧਮਕੀ ਦੇ ਰਿਹਾ ਕਿ ਬਈ ਹੀ ਪੰਜ ਸਿੰਘ ਖੜੇ ਆ ਅਹੀਂ ਜੋ ਕਹਤਾ ਉਹ ਠੀਕ ਆ ਤੇ ਤੁਸੀਂ ਵੀਡੀਓ ਡਿਲੀਟ ਕਰੋ ਸਿੱਧਾ ਸਿੱਧਾ ਦਬਾਅ ਬਣਾ ਰਿਹਾ ਦੇਖ ਮੈਰੋ ਜਾਂ ਤੇ ਮਿੱਤਰਾ ਇਹ ਗੱਲ ਕਰ ਕਿ ਮੈਂ ਆਪਣੀ ਕਿਸੇ ਵੀਡੀਓ ਚ ਕੋਈ ਚੀਜ਼ ਝੂਠ ਬੋਲੀ ਆ ਕੋਈ ਗਲਤ ਵੀਡੀਓ ਬਣਾਈ ਆ ਫਿਰ ਤੁਸੀਂ ਮੇਰੇ ਤੇ ਨੁਕਤਾ ਚ ਨਹੀਂ ਕਰੋ ਕੋਈ ਸਤਕਾਰ ਕਮੇਟੀ ਮੇਰੇ ਤੇ ਆ ਕੇ ਬੋਲੇ ਜਦੋਂ ਤੁਸੀਂ ਇਹ ਗੱਲ ਹੀ ਨਹੀਂ ਸਾਬਤ ਕਰ پا ਰਹੇ ਕਿ ਮੇਰੀ ਵੀਡੀਓ ਦੇ ਵਿੱਚ ਕੁਝ ਝੂਠ ਹੈ ਕੋਈ ਰਤਾ ਵੀ ਝੂਠ ਹੈਗਾ ਤੇ ਫਿਰ ਤੁਸੀਂ ਇਹ ਗੱਲ ਕਿੱਦਾਂ ਕਹਿ ਸਕਦੇ ਹੋ ਕਿ ਤੂੰ ਵੀਡੀਓ ਡਿਲੀਟ ਕਰ ਮੈਂ ਬਿਲਕੁਲ ਵੀਡੀਓ ਨਹੀਂ ਡਿਲੀਟ ਕਰਾਂਗਾ ਜੇ ਕਿਸੇ ਗੱਲ ਤੇ ਮੈਂ ਝੂਠਾ ਪਾਇਆ ਜਾਣਾ ਤੁਸੀਂ ਮੈਨੂੰ ਸਾਬਤ ਕਰ ਦਿਓ ਮੈਂ ਵੀਡੀਓ ਡਿਲੀਟ ਕਰ ਦਾਂਗਾ ਤੁਸੀਂ ਆਪਣੇ ਧੜੇ ਦੇ ਬੰਦੇ ਨੂੰ ਬਚਾਉਣ ਤੇ ਕਿਉਂ ਲੱਗੇ ਰਹਿੰਦੇ ਹੋ 24 ਘੰਟੇ ਤੁਸੀਂ ਸਿੱਖੀ ਦਾ ਬੇੜਾ ਗਰਕ ਕਰ ਰਹੇ ਹੋ ਤੁਸੀਂ ਕਿਸੇ ਨੂੰ ਬੋਲਣ ਨਹੀਂ ਦਿੰਦੇ ਤੁਸੀਂ ਫਿਰ ਉੱਤੇ ਚੜਦੇ ਹੋ ਅਗਲੀ ਗੱਲ ਜਦੋਂ ਹੀ ਮੈਰੋ ਦਾ ਫੋਨ ਆਉਂਦਾ ਜਸਟ 15 ਤੋਂ 20 ਮਿੰਟ ਬਾਅਦ ਗੈਂਗਸਟਰ ਦੀ ਕਾਲ ਆਉਂਦੀ ਹੈ ਇੱਕ ਗੈਂਗਸਟਰ ਕਾਲ ਆਉਂਦੀ ਹੈ ਗੈਂਗਸਟਰ ਪਹਿਲਾਂ ਆਪਣੇ ਇੱਕ ਦੋ ਗੈਂਗਸਟਰਾਂ ਦੇ ਨਾਂ ਦੱਸਦਾ ਕਿ ਮੈਂ ਫਲਾਣੇ ਦਾ ਭਰਾ ਬੋਲਦਾ ਮੈਂ ਉਹ ਗੈਂਗ ਚ ਬੋਲਦਾ ਉਹ ਆਡੀਓ ਜਿਹੜੀ ਆਪਾਂ ਇਸ ਵੀਡੀਓ ਤੋਂ ਬਾਅਦ ਚਲਾਵਾਂਗੇ ਹਜੇ ਨਹੀਂ ਉਹ ਆਪਾਂ ਆਡੀਓ ਪਾਣੀ ਉਹਦੇ ਵਿੱਚ ਸਾਰਾ ਆਪਣਾ ਦੱਸਦਾ ਕਿ ਮੈਂ ਉਹ ਬੋਲਦਾ ਤੇ ਤੂੰ ਬੰਦਿਆਂ ਨੂੰ ਜਿਹੜੀ ਵੀਡੀਓ ਡਿਲੀਟ ਕਰ ਦੇ ਠੀਕ ਹੈ ਆਪਣੀ ਉਹਦੇ ਨਾਲ ਗੱਲਬਾਤ ਹੋਈ ਮੈਂ ਕਿਹਾ ਦੇਖ ਮਤਰਾ ਜੇ ਤੇ ਕੋਈ ਗੱਲ ਬੋਲੀਏ ਗਲਤ ਤੇ ਫਿਰ ਤੂੰ ਦੱਸ ਤੇ ਵੀਡੀਓ ਆਪਾਂ ਕਰ ਦਈਏ ਡਿਲੀਟ ਜਦੋਂ ਆਪਾਂ ਗਲਤ ਨਹੀਂ ਬੋਲੇ ਆਪਾਂ ਵੀਡੀਓ ਡਿਲੀਟ ਨਹੀਂ ਕਰਨੀ ਫਿਰ ਇਸ ਬੰਦੇ ਨੇ ਉਸ ਗੈਂਗਸਟਰ ਨੂੰ ਮੇਰੇ ਘਰ ਦਾ ਐਡਰੈਸ ਮੇਰੇ ਪਰਿਵਾਰ ਬਾਰੇ ਸਾਰੀ ਜਾਣਕਾਰੀ ਉਹਨੂੰ ਦਿੱਤੀ ਹੋਈ ਸੀ ਠੀਕ ਹੈ ਇੱਥੋਂ ਤੱਕ ਕਰਤੂਤ ਖੋਲੀ ਆ ਉਹਨੂੰ ਗੈਂਗਸਟਰ ਨੂੰ ਕਿੱਦਾਂ ਪਤਾ ਸਾਰੀਆਂ ਚੀਜ਼ਾਂ ਇਹਨਾਂ ਨੇ ਆਪ ਪ੍ਰੋਵਾਈਡ ਉਹਨੂੰ ਕਰਾਈਆਂ ਫਿਰ ਕਹਿੰਦੇ ਜੀ ਤੇਰਾ ਟੱਬਰ ਖਤਮ ਕਰ ਦਾਂਗੇ ਤੈਨੂੰ ਗੋਲੀ ਮਾਰਾ ਦਾਂਗੇ ਕੱਲ ਤੱਕ ਮੈਂ ਕਿਹਾ ਵੀ ਮਿੱਤਰਾ ਜੋ ਕਰਨਾ ਤੁਸੀਂ ਕਰੋ ਠੀਕ ਹੈ ਇਹ ਕੰਮ ਤੇ ਨਹੀਂ ਹੋਣਾ ਸੰਗਤ ਜੀ ਇਹ ਕਰਤੂਤਾਂ ਨੇ ਬਾਬਿਆਂ ਦੀਆਂ ਮਹਾਪੁਰਸ਼ਾਂ ਦੀਆਂ ਇਹ ਕਰਤੂਤਾਂ ਕਰਦੇ ਨੇ ਤੇ ਉਹਦੇ ਵਿੱਚ ਅਮਰਤਪਾਲ ਮਹਿਰੋਂ ਵਰਗੇ ਇਹ ਨਾਲ ਰਲੇ ਹੋਏ ਆ ਇਹਦੇ ਨਾਲ ਹੋਰ ਜੁੰਡੀ ਦੇ ਕਿੰਨੇ ਯਾਰ ਨੇ ਜਿਹੜੇ ਇਹਨੂੰ ਗਲਾਬ ਸਿੰਘ ਵਰਗਿਆਂ ਦੀ ਸਪੋਰਟ ਕਰਦੇ ਆ ਦੇਖੋ ਇਹ ਜਿੰਨਾ ਟੋਲਾ ਹੈ ਨਾ ਸਰੂਪਾ ਠੱਗ ਹੋ ਗਿਆ ਝੀਲ ਵਾਲਾ ਹੋ ਗਿਆ ਗਲੱਬਾ ਹੋ ਗਿਆ ਇਦਾਂ ਦੇ ਹੋਰ 4-5 ਨੇ ਉਹਨਾਂ ਦੇ ਮੈਂ ਨਾ ਹਜੇ ਤਾਂ ਨਹੀਂ ਲਏ ਕਿਉਂਕਿ ਅਗਲੀਆਂ ਵੀਡੀਓ ਆਪਾਂ ਉਹਨਾਂ ਤੇ ਬਣਾਉਣੀਆਂ ਨੇ ਤੇ ਐਕਸਪੋਜ਼ ਕਰਨਾ ਹੀ ਕਰਨਾ ਸਾਡਾ ਟਾਡੇ ਨਾਲ ਕੋਈ ਸਮਝੌਤਾ ਨਹੀਂ ਹੈ ਤੁਸੀਂ ਸਿੱਖੀ ਸਿਧਾਂਤਾਂ ਦਾ ਨਾਸ਼ ਕਰਦੇ ਪਿਓ ਸਿੱਖੀ ਦੇ ਸਿਧਾਂਤਾਂ ਦੇ ਉਲਟ ਚੱਲਦੇ ਹੋ ਮर्यादा ਤੋਂ ਉਲਟ ਚੱਲਦੇ ਹੋ ਤੁਹਾਨੂੰ ਸਿਰਫ ਆਪਣੇ ਬਿਜ਼ਨਸ ਨਾਲ ਮਤਲਬ ਹੈ ਕਾਰੋਬਾਰ ਨਾਲ ਮਤਲਬ ਹੈ ਤੁਹਾਨੂੰ ਸਿੱਖੀ ਨਾਲ ਕੋਈ ਮਤਲਬ ਨਹੀਂ ਹੈਗਾ ਠੀਕ ਹੈ ਇਹ ਆਡੀਓ ਤੁਸੀਂ ਸੁਣ ਲਈ ਆ ਤੁਸੀਂ ਆਪ ਫੈਸਲਾ ਕਰਨਾ ਜਿਨ੍ਹਾਂ ਨੇ ਜਿਨ੍ਹਾਂ ਨੇ ਵੀਡੀਓ ਸੁਣੀ ਆ ਕਿ ਇੱਥੇ ਅਸੀਂ ਗਲਤਾਂ ਤੇ ਜਾਂ ਇਹੋ ਜਿਹੜੇ ਭੇਖੀ ਪ੍ਰਚਾਰਕ ਭੇਖੀ ਜਿਹੜੇ ਗੁਰੂ ਦਾ ਬਾਣਾ ਪਾ ਕੇ ਜਦੋਂ ਸਾਡੇ ਕੋਲ ਸੁਪਰੀਮ ਪਾਵਰ ਹੈਗੀ ਆ ਤੂੰ ਕੌਣ ਉਹਨੂੰ ਨਾ ਫੈਸਲਾ ਕਰਨ ਵਾਲਾ ਬਈ ਕਿ ਮੇਰੇ ਕੋਲ ਆ ਕੇ ਮਾਫੀ ਮੰਗ ਲਈ ਕੱਲ ਨੂੰ ਏਦਾਂ ਮੈਂ ਕਹੂੰਗਾ ਕਿ ਬਈ ਮੇਰੇ ਕੋਲ ਆ ਕੇ ਮਾਫੀ ਮੰਗ ਲਈ ਮੇਰਾ ਸਮਝੌਤਾ ਹੋ ਗਿਆ ਕਿਉਂ ਜੋ ਮਸਲੇ ਇਹਨੇ ਜੋ ਗਲਤ ਕੰਮ ਕੀਤੇ ਆ ਬੀਮੇ ਕੀਤੇ ਨੇ ਬੀਮਿਆਂ ਦੇ ਵਿੱਚ ਮਰਡਰ ਹੋਏ ਨੇ ਬੜੇ ਵੱਡੇ ਵੱਡੇ ਕਾਂਡ ਹੋਏ ਆ ਕੁੜੀਆਂ ਦੇ ਨਾਲ ਜ਼ਬਰਦਸਤੀਆਂ ਹੋਈਆਂ ਨੇ ਕੁੜੀਆਂ ਨੂੰ ਵਿਆਹ ਦੇ ਲਾਰੇ ਲਾਏ ਗਏ ਨੇ ਉਦੋਂ ਬਾਅਦ ਜਿਹੜੀ ਸਭ ਤੋਂ ਵੱਡੀ ਗੱਲ ਵੀਡੀਓ ਲੰਬੀ ਹੋਣੀ ਮੈਂ ਸ਼ਾਰਟ ਚ ਮਕਾ ਦਣਾ ਰੋਪੜ ਵਾਲੀ ਬੀਬੀ ਦਾ ਜਿਹੜਾ ਹੀ ਨਾਂ ਲਿਆ ਉਹ ਸੰਗਤਜੀ ਰੋਪੜ ਵਾਲੀ ਬੀਬੀ ਦੇ ਇੰਨੇ ਕਾਂਡ ਆ ਗਏ 10-15 ਮਿੰਟਾਂ ਦੇ ਵਿੱਚ ਇੰਨੇ ਫੋਨ ਆ ਗਏ ਕੋਈ ਕਹਿੰਦਾ ਮੇਰਾ 2 ਲੱਖ ਦੇਣਾ ਕੋਈ ਕਹਿੰਦਾ ਮੇਰਾ 4 ਲੱਖ ਦੇਣਾ ਕੋਈ ਕਹਿੰਦਾ ਮੇਰਾ 40-45 ਹਜ਼ਾਰ ਰੁਪਏ ਦੇਣਾ ਅਣਗਿਣਤ ਕਾਲਸ ਆ ਗਈਆਂ ਜਿਨ੍ਹਾਂ ਦੇ ਵਿੱਚ ਉਹ ਬੀਬੀ ਬਾਰੇ ਖੁਲਾਸਾ ਕੀਤਾ ਗਿਆ ਮੈਂ ਬੀਬੀ ਦਾ ਤੇ ਨਾਂ ਹੀ ਨਹੀਂ ਲਿਆ ਪਰ ਜੇ ਮੈਂ ਉਹ ਆਡੀਓ ਪਾਦਾ ਉਹ ਬੀਬੀ ਦਾ ਨਾਂ ਉਹਦੇ ਘਰ ਵਾਲੀ ਦਾ ਨਾਂ ਉਹਦੀ ਸੱਸ ਦਾ ਨਾਂ ਉਹਦੇ ਮੁੰਡੇ ਦਾ ਨਾਂ ਸਾਰੀਆਂ ਚੀਜ਼ਾਂ ਲੋਕਾਂ ਨੇ ਜਨਤਕ ਕਰਤੀਆਂ ਲੋਕਾਂ ਨੇ ਇੱਥੋਂ ਤੱਕ ਕਹਿਤਾ ਕਿ ਤੁਹਾਡੀ ਜਾਣਕਾਰੀ ਅਧੂਰੀ ਆ ਉਹ ਯੂਕੇ ਨਹੀਂ ਗਿਆ ਉਹ ਕਿਨੇ ਕੈਨੇਡਾ ਗਏ ਨੇ ਪਿਓ ਪੁੱਤ ਦੇਖੋ ਐਡੇ ਤਗੜੇ ਖਲਾਸੀ ਨੇ ਤੁਸੀਂ ਜਿੱਥੇ ਦੌੜਨਾ ਜੋ ਕਰਨਾ ਜਿੰਨੀਆਂ ਤਰਖਾਸਾਂ ਦੇਣੀਆਂ ਹੁਣੇ ਹੀ ਤੁਸੀਂ ਐਸਪੀਡੀ ਤੋਂ ਕਿਸੇ ਤੋਂ ਫੋਨ ਕਰਾਇਆ ਕਿ ਵੀਡੀਓ ਡਿਲੀਟ ਕਰ ਦੇ ਦੇਖੋ ਇਦਾਂ ਮੈਂ ਵੀਡੀਓ ਡਿਲੀਟ ਕਦੇ ਨਹੀਂ ਕਰਨੀ ਜਿੰਨਾ ਚਿਰ ਤੱਕ ਸ਼੍ਰੀ ਅਕਾਲ ਤਖਸਾਲ ਸਾਹਿਬ ਜਾ ਕੇ ਮਾਫੀ ਨਹੀਂ ਮੰਗਦਾ ਆਪਣੇ ਗੁਨਾਹ ਕਬੂਲ ਨਹੀਂ ਕਰਦਾ ਉਨਾ ਚਿਰ ਤੱਕ ਆਪਾਂ ਕੋਈ ਵੀ ਵੀਡੀਓ ਡਿਲੀਟ ਨਹੀਂ ਕਰਨੀ ਸੰਗਤ ਜੀ ਇਹ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਮੈਰੋ ਦੀਆਂ ਕਰਤੂਤਾ ਗਲਾਬੇ ਦੀਆਂ ਕਰਤੂਤਾ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਜਨਤਕ ਹੋ ਸਕਣ ਸੋ ਸੰਗਤ ਜੀ ਮਿਲਦੇ ਆ ਨਹੀਂ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ